बीते दिनी ऐसे प्रोग्राम की समझिए असी तुहानू सूबे भर का हाल विखाया सी कि किवें बरसातों तो बाद पंजाब आबो आब हो चुके है। सूबे च मानसून ने हाले अपनी पूरी रफ्तार फड़ी भी नहीं सी कि कुछ कु समय की बरसात ने आम जनजीवन नू उथल पुथल कर दिता है। सिटी ऑफ लेक्स कहे जाने वाले बठिंडा की हर सड़क हर गली ने भी हुण लेक दा रूप धारण कर लिया। जिथे भी नज़र जाती है पानी ही पानी नज़र आता है, नाल ही नज़र आती है प्रशासन की नलैकी, प्रशासन की अणगहली, जिसके चलदियां पानी लोगों के घर अंदर दाखिल हो चुके है। वैसे गलती सरकार की नहीं आम लोगों की ही है, जो यह समझ नहीं पा रहे कि अजिहे हालात अजिही व्यवस्था पूरे प्लैन के तहत ही बनाई जाती है, ता जो तुसी अपने वाहन अपनियां गड्डियां अपने मोटरसाइकिल घर च खड़ाउन पेट्रोल डीजल के पैसे बचाउन अते इन्हां सड़कां नहीं नहीं माफ करियो इन्हां झीलां च किश्तियां चलाउन दे लई अते स्विमिंग दे लई भी वरत सको। भाई खजाना मंत्री खुद इत्थों दे ने, जे इत्थे दा इह हाल है तां किसे प्लैन दे तहत ही होणा है। हालात किस तरह के होए ने, अज सुबह बरसात हुई है, कुछ समय की बरसात सी, देख सकते हो कि पूरा जिहड़ा रोड है वह जलमगन हो चुका है, काफ़ी ज़्यादा जिहड़ा पानी भरिया होया है, करीब हर एक घर के अते दुकानां दे विच जिहड़ा पानी भर चुका है, काफ़ी वड्डा नुकसान जिहड़ा होया है। इत्थे गलबात भी करांगे, साडे नाल कुछ लोग भी मौजूद ने। सर दसो जरा किन्नी क वड्डी समस्या है जिहड़ा अज बरसात है? समस्या तो बहुत ज़्यादा जी, तुहानूं पता ही दिसी जांदा है, पानी घरां चला गया, दुकानां चला गया, आसमान सारा खराब हो गया। देखो इधर सारा सब्जी खराब हो गई, सब्जी लाया सीगा इधर, तो किस समस्या उदू ज़्यादा पानी हो गया समा ਪਹਿਲਾਂ ਨਾਲੋਂ, ਪਹਿਲਾਂ ਉਹ ਜਦੋਂ ਲਾਇਆ ਸੀਗਾ ਉਦੋਂ ਇੰਨਾ ਪਾਣੀ ਸੀ, ਹੁਣ ਬਹੁਤ ਜ਼ਿਆਦਾ ਗਲੀਆਂ ਉੱਚੀਆਂ ਹੋ ਗਈਆਂ, ਇਹ ਨੀਵਾਂ ਹੋ ਗਿਆ, ਸਾਰਾ ਬਾਜ਼ਾਰ ਹੀ ਡੁੱਬਿਆ ਪਿਆ ਸਾਰਾ। ਪ੍ਰਸ਼ਾਸਨ ਅਤੇ ਸਰਕਾਰ ਦਾਅਵੇ ਕਰ ਰਹੀ ਹੈ ਵੀ ਮੌਨਸੂਨ ਦੇ ਨਾਲ ਨਜਿੱਠਣ ਵਾਸਤੇ ਹੈ ਨਾ ਪੂਰੇ ਪ੍ਰਬੰਧ ਹੈ, ਸ਼ਹਿਰ 'ਚ ਪਾਣੀ ਨਹੀਂ ਖੜਨ ਦਿੱਤਾ ਜਾਵੇਗਾ, ਹੈ ਸੱਚਾਈ? ਦੇਖੋ ਤੁਹਾਡੇ ਸਾਹਮਣੇ ਹੈ ਜੀ, ਸੱਚਾਈ ਸਾਹਮਣੇ ਹੈ, ਇੱਦੋਂ ਤੋਂ ਕੋਈ ਸੱਚਾਈ ਹੋ ਜੂਗੀ? ਉਦੋਂ ਜ਼ਿਆਦਾ ਬੁਰਾ ਹਾਲ ਹੋ ਗਿਆ ਸਾਡਾ, ਸਾਡਾ ਹਾਲ ਦੇਖ ਲਓ, ਕੱਪੜਿਆਂ ਦਾ ਘਰਾਂ ਦਾ ਹਾਲ ਦੇਖੋ ਤੁਸੀਂ ਜਾ ਕੇ, ਅਜੇ ਤੱਕ ਅਸੀਂ ਰੋਟੀ ਨਹੀਂ ਬਣਾਈ ਗਈ। ਕਾਫੀ ਜ਼ਿਆਦਾ ਜਿਹੜਾ ਪਾਣੀ ਹੈ ਉਹ ਭਰਿਆ ਹੋਇਆ, ਅਸੀਂ ਜਿਸ ਜਗ੍ਹਾ ਤੇ ਮੌਜੂਦ ਹਾਂ ਇੱਥੇ ਦੇਖ ਸਕਦੇ ਹੋ ਗੋਡਿਆਂ ਤੋਂ ਉੱਪਰ ਪਾਣੀ ਹੈ, ਤੇ ਬਿਲਕੁਲ ਇਸ ਦੇ ਆਪੋਜ਼ਿਟ ਸਾਈਡ ਦੱਸਿਆ ਜਾ ਰਿਹਾ ਹੈ ਕਿ 3.5 ਤੋਂ 4 ਫੁੱਟ ਜਿਹੜਾ ਪਾਣੀ ਭਰਿਆ ਹੋਇਆ ਹੈ। ਪਰਸ਼ੁਰਾਮ ਨਗਰ 'ਚ ਤਾਂ ਹਾਲਾਤ ਪੱਤ ਤੋਂ ਪੱਤਰ ਹੁੰਦੇ ਵਿਖਾਈ ਦਿੱਤੇ, ਲੋਕਾਂ ਦੇ ਘਰਾਂ 'ਚ ਕਈ ਕਈ ਫੁੱਟ ਪਾਣੀ ਦਾਖਲ ਹੋ ਗਿਆ, ਜਿਸ ਦੇ ਚਲਦਿਆਂ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਹਰ ਵਾਰ ਪ੍ਰਸ਼ਾਸਨ ਅਤੇ ਸਰਕਾਰ ਦਾਅਵੇ ਕਰਦੀ ਹੈ ਕਿ ਅਗਲੀ ਵਾਰ ਹਾਲਾਤ ਸੁਧਰ ਜਾਣਗੇ, ਕਿੰਨੇ ਕੁ ਸੁਧਰੇ ਨੇ ਹਾਲਾਤ ਤਸਵੀਰਾਂ ਤੁਹਾਡੇ ਸਾਹਮਣੇ ਨੇ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਪਾਣੀ ਹੈ ਉਹ ਆਪਣੇ ਘਰ ਦੇ ਬਾਹਰ ਕੱਢਿਆ ਜਾ ਸਕੇ। ਕਾਫੀ ਪਾਣੀ ਹੈ ਜਿਹੜਾ ਉਹ ਇਹਨਾਂ ਦੇ ਘਰ ਦੇ ਵਿੱਚ ਜਾ ਚੁੱਕਾ ਹੈ, ਹਾਲਾਤ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਗੇ ਜਿਹੜਾ ਹੋਰ ਵੀ ਜ਼ਿਆਦਾ ਪਾਣੀ ਹੈ, ਦੇਖ ਸਕਦੇ ਹੋ ਕਿ ਬੰਨ ਵਗੈਰਾ ਲਗਾਏ ਨੇ ਪਰ ਉਸਦਾ ਕੋਈ ਹੱਲ ਹੈ ਜਿਹੜਾ ਉਹ ਨਹੀਂ ਦੇਖਣ ਨੂੰ ਮਿਲ ਰਿਹਾ। ਇਸ ਸੀਜ਼ਨ ਦਾ ਇਹ ਫਸਟ ਮੀਂਹ ਹੈ ਅਤੇ ਤੁਸੀਂ ਹਾਲ ਦੇਖ ਰਹੇ ਹੋ, ਘਰ ਦਾ ਕੀ ਹਾਲ ਹੈ, ਸਾਡੇ ਕੰਮ ਕਾਰੋਬਾਰ ਸਭ ਬੰਦ ਹੈ। ਸਰਕਾਰ ਆਉਂਦੀ ਹੈ, ਅਸੀਂ ਵੱਡੇ ਵੱਡੇ ਦਾਅਵੇ ਕਰਦੀ ਹਾਂ, ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ, ਪਰ ਸਾਡੇ ਕੋਲ ਕੋਈ ਇੰਨਾ ਹਾਲ ਨਹੀਂ ਹੈਗਾ ਪਾਣੀ ਦਾ। ਅਸੀਂ ਕੰਮਾਂ ਕਾਰਾਂ ਤੋਂ ਵੀ ਘਰ ਬੈਠੇ ਹਾਂ, ਨਾ ਅਸੀਂ ਕਿਤੇ ਆਉਣ ਜੋਗੇ ਨਾ ਜਾਣ ਜੋਗੇ, ਦੱਸੋ ਕੀ ਕਰੀਏ ਅਸੀਂ। ਅੱਛਾ, ਮੇਨ ਰੋਡ ਦੀ ਗੱਲ ਕਰੀਏ ਤਾਂ ਕਿੰਨਾ ਕੁ ਪਾਣੀ ਖੜਾ ਹੋਏਗਾ ਅਤੇ ਘਰ 'ਚ ਕਿੰਨਾ? ਇਹ ਤੁਸੀਂ ਅੱਜ ਪਾਣੀ ਦੇਖ ਰਹੇ ਹੋ, ਤੁਸੀਂ ਮੋਰਨਿੰਗ ਆਉਣਾ ਸੀ, ਪਾਣੀ ਇਸ ਤੋਂ ਵੀ ਡਬਲ ਸੀਗਾ। ਸਰ ਦੇਖ ਲਓ ਹੁਣ ਹਾਲਾਤ, ਤੁਸੀਂ ਇਸ ਤੋਂ ਵੱਧ ਕੇ ਤਾਂ ਤੁਹਾਨੂੰ ਕੁਛ ਦਿਖਾ ਨਹੀਂ ਸਕਦੇ। ਆਹ ਦੇਖੋ ਜੀ ਇੱਧਰ ਤੁਸੀਂ। ਸੋ ਬਿਲਕੁਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਕਾਫੀ ਜਿਹੜਾ ਪਾਣੀ ਇਸ ਬੰਨ ਦੇ ਲਾਉਣ ਤੋਂ ਬਾਅਦ ਵੀ ਅੱਗੇ ਜਿਹੜਾ ਹੈ ਵਿਹੜੇ ਦੇ ਵਿੱਚ, ਉਸ ਤੋਂ ਬਾਅਦ ਜਿਹੜੇ ਕਮਰੇ ਨੇ, ਕਿਚਨ ਹੈ, ਉਸ ਤਮਾਮ ਥਾਵਾਂ 'ਤੇ ਜਿਹੜਾ ਪਾਣੀ ਅੰਦਰ ਜਾ ਚੁੱਕਾ। ਦਾਅਵਾ ਇਹ ਹਰ ਸਾਲ ਕਰਕੇ ਜਾਂਦੇ, ਜਦੋਂ ਵੋਟਾਂ ਆਉਂਦੀਆਂ ਸਾਡੇ ਕੋਲ ਸ਼ੋਪ 'ਤੇ ਆ ਕੇ ਕਹਿੰਦੇ ਵੀ ਸਾਨੂੰ ਵੋਟਾਂ ਪਾਓ, ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ, ਬਟ ਅੱਜ ਤੱਕ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਪਾਣੀ। ਘਰ ਦਾ ਸਾਰਾ ਹੀ ਸਮਾਨ ਪਾਣੀ 'ਚ ਤੈਰ ਰਿਹਾ, ਨਾਲ ਹੀ ਜਨਾਜ਼ਾ ਕੱਢ ਰਿਹਾ ਸਰਕਾਰ ਦੇ ਤਮਾਮ ਵਾਅਦਿਆਂ ਦਾ। ਘਰ ਦੇ ਵਿੱਚ ਟੀਵੀ, ਫਰਿੱਜ, ਕੂਲਰ, ਬੈੱਡ ਪਾਣੀ ਦੇ ਵਿੱਚ ਤੈਰ ਰਹੇ ਹੈ, ਲਗਭਗ ਖਰਾਬ ਹੋ ਚੁੱਕਿਆ ਹੈ। ਹਰ ਵਾਰ ਜਿਹੜਾ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾਂਦੇ ਨੇ, ਪਰ ਪਹਿਲੀ ਬਰਸਾਤ ਦੇ ਵਿੱਚ ਹੀ ਜਿਹੜੇ ਦਾਅਵੇ ਹੈ ਉਹ ਕਿਤੇ ਨਾ ਕਿਤੇ ਹਵਾ ਹੁੰਦੇ ਨਜ਼ਰ ਆ ਰਹੇ ਨੇ, ਅਤੇ ਮੰਗ ਕਰ ਕੀਤੀ ਜਾ ਰਹੀ ਹੈ ਕਿ ਜੋ ਪ੍ਰਸ਼ਾਸਨ ਅਤੇ ਸਰਕਾਰ ਦਾਅਵੇ ਕਰ ਰਹੀ ਹੈ ਉਹਨਾਂ ਨੂੰ ਜ਼ਮੀਨੀ ਹਕੀਕਤ 'ਤੇ ਲਾਗੂ ਕਰੇ, ਤਾਂ ਜਿਹੜਾ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਕੈਮਰਾਮੈਨ ਸੋਨੂ ਦੇ ਨਾਲ ਜੁਗਨੂ ਸ਼ਰਮਾ, PTC ਨਿਊਜ਼, ਬਠਿੰਡਾ।